ਗੱਜਦਾ ਏ। ਹਰ ਬੰਦੇ ਦਾ ਆਪਣਾ ਆਪਣਾ ਮੈਦਾਨ ਹੈ, ਕਿਸੇ ਦਾ ਕਿਸੇ ਤਰੀਕੇ ਦਾ, ਕਿਸੇ ਦਾ ਕਿਸੇ ਤਰੀਕੇ ਦਾ, ਤੇ ਗੱਜਦਾ ਕੌਣ ਏ? ਉਹ ਮਰਦ ਮੈਦਾਨ ਵਿੱਚ ਗੱਜਦਾ ਏ ਜਿਹੜਾ ਦੁਖੀਏ ਦੀ ਉਹ ਜਾਣਦਾ ਹੈ ਤੇ ਜਿਸ ਦੇ ਆਪਣੇ ਸਰ ਤੇ ਬਣੀ ਹੋਵੇ। ਭਾਈ ਜਾਨ ਮੈਂ ਮਾਫੀ ਜਾ ਕੇ ਆਉਣਾ ਵਾ, ਸਮਝ ਆਉਂਦੀ ਹੈ? ਸਾਰ ਦੁਖੀਏ ਦੀ ਉਹ ਜਾਣਦਾ ਹੈ ਜਿਸ ਦੇ ਆਪਣੇ ਸਿਰ ਤੇ ਬਣੀ ਹੋਵੇ, ਸਾਰੇ ਧੀਆਂ ਦੀ ਜਾਣਦਾ ਉਹ ਬੰਦਾ ਤੇ ਜਿਸ ਦੇ ਆਪਣੇ ਘਰ ਦੀ ਜਣੀ ਹੋਵੇ। ਪੰਜ ਤਨ ਪਾਕ ਨੂੰ ਮੰਨਦਾ, ਅਹਿਲੇ ਬੈਤ ਨੂੰ ਮੰਨਦਾ, ਪਾਕ ਰਸੂਲ ਦੇ ਵੇੜੇ ਨੂੰ ਮੰਨਦਾ, ਪਾਕ ਅਲੀ ਦੇ ਵੇੜੇ ਨੂੰ ਮੰਨਦਾ, ਪਾਕ ਹਸਨ ਹੁਸੈਨ ਵੇੜੇ ਨੂੰ ਮੰਨਦਾ ਉਹ ਬੰਦਾ ਤੇ ਜਿਸ ਦੇ ਵਿੱਚ ਹਲਾਲ ਦੀ ਬਣੀ। ਅਹਿਲੇ ਬੈਤ ਨੂੰ ਮੰਨਦਾ ਉਹ ਜਵਾਨਾ ਜਿਹਦੇ ਵਿੱਚ ਹਲਾਲ ਦੀ ਕਣੀ ਹੋਵੇ, ਤੇ ਹਲਾਲ ਦੀ ਕਣੀ ਵਾਲਾ ਬੰਦਾ ਹਰ ਜਗ੍ਹਾ ਤੇ ਬੈਠਾ ਖਲੋਤਾ ਨਜ਼ਰ ਆਵੇਗਾ ਕਿ ਨਹੀਂ। ਲਓ ਜੀ, ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ, ਕਸਮਾਂ ਤੇ ਪਾ ਨਹੀਂ ਸਕਦਾ ਦੋਸਤਾਂ ਨੂੰ, ਅੱਲਾ ਦੀ ਕਸਮ ਜੇ ਦੋ ਕੜੀਆਂ ਮਜ਼ਾ ਲੈਣਾ ਨਾ ਤੇ ਬੈਠ ਜਾਓ ਭਾਈ, ਬੈਠ ਜਾਓ ਜੀ, ਬੜੀ ਮਿਹਰਬਾਨੀ। ਸਾਡੇ ਵਾਸ ਜੋ ਹੋਵੇ ਤੇ ਅਸੀਂ ਤੁਹਾਡੇ ਥੱਲੇ ਸੋਫੇ ਰੱਖੀਏ। ਤੇ ਜਿਸ ਦੇ ਵਿੱਚ ਹਲਾਲ ਦੀ ਕਣੀ ਤੇ ਕਹਿਣਾ ਪੈ ਗਿਆ ਨੌਕਾ ਤੀਰ ਦੀਆਂ, ਨੌਕਾ ਤੀਰ ਦੀਆਂ ਜੱਗ ਚ ਦਹਾਈਆਂ ਪੈ ਗਈਆਂ, ਮੇਰੇ ਮੌਲਾ ਅਲੀ ਪੀਰੀ ਦੀਆਂ। ਵਾਹ ਜੀ ਵਾਹ, ਮੰਨਣ ਵਾਲਿਆਂ ਤੋਂ ਕੁਰਬਾਨ ਜਾਈਏ ਬਈ, ਸ਼ੁਕਰੀਆ ਸ਼ੁਕਰੀਆ। ਗਲੀ ਗਲੀ ਕੁੱਚੇ ਕੁੱਚੇ ਨਾਨਕੀ ਦਾਦੀਆਂ ਤੇ ਕਹਿਣਾ ਪੈ ਗਿਆ ਇਹਨਾਂ ਹੈਦਰੀ ਮਲੰਗਾ ਮੌਲਾ ਅਲੀ ਦੇ ਮਲੰਗਾ। ਲਿਖਿਆ ਗਿਆ ਕੁੱਤਾ ਆਣ ਵੜੇ ਜੱਟਾਂ ਵਿੱਚ ਵੇੜੇ, ਕੁੱਤਾ ਆਣ ਵੜੇ ਜੱਟਾਂ ਵਿੱਚ ਵੇੜੇ, ਉਹਨੂੰ ਡੰਡਾ ਵਖਾਈਏ ਤੇ ਲੱਸ ਜਾਂਦਾ, ਉਹਨੂੰ ਡੰਡਾ ਵਖਾਈਏ ਤੇ ਲੱਸ ਜਾਂਦਾ, ਜੇਕਰ ਕਾਂਗ ਬਨੇਰੇ ਉੱਤੇ ਆ ਜਾਵੇ, ਜੇਕਰ ਕਾਂਗ ਬਨੇਰੇ ਉੱਤੇ ਆ
ਵਖਾਈਏ ਨਸ ਜਾਂਦਾ, ਦਲੀਲ ਵਖਾਈਏ ਤੇ ਨਸ ਜਾਂਦਾ। ਜੇ ਸ਼ੈਤਾਨ ਬੰਦੇ ਉੱਤੇ ਹੋਵੇ ਗਾਲਬ, ਜੇ ਸ਼ੈਤਾਨ ਬੰਦੇ ਉੱਤੇ ਹੋਵੇ ਗਾਲਬ। ਲਾਹੌਲ ਸੁਣਾਈਏ ਨਸ ਜਾਂਦਾ, ਲਾਹੌਲ ਸੁਣਾਈਏ ਨਸ ਜਾਂਦਾ। ਫਿਰ ਬਾਬਾ ਜੀ ਹੋਣਾ ਕੀ? ਫਿਰ ਹੋਣਾ ਫਿਰ ਤਲ ਨੂੰ ਮੁਸੀਬਤ, ਫਿਰ ਤਲ ਨੂੰ ਮੁਸੀਬਤ, ਫਿਰ ਤਲ ਨੂੰ ਮੁਸੀਬਤ। ਇੱਕ ਜਾਂਦਾ ਜਾਂਦਾ ਹੋਰ ਦੱਸ ਜਾਵਾਂ, ਜਿਹੜੇ ਮੇਰੇ ਪੜ੍ਹੇ ਲਿਖੇ ਅਜ਼ਰਾਤ ਖਲੋਤੇ ਹਨ ਉਹਨਾਂ ਵਾਸਤੇ ਬਾਤ ਹੈ ਕਿ ਯਾਜ ਦੀ ਸਰਕਾਰ ਦੇ ਬਾਰੇ ਅੰਗਰੇਜ਼ ਕੀ ਕਹਿ ਰਿਹਾ ਹੈ। ਅੰਗਰੇਜ਼ ਕਹਿ ਰਿਹਾ, ਦੋਸਤੋ ਸੁਣੋ ਮੇਰੀ ਗੱਲ, ਅੰਗਰੇਜ਼ ਪੈਗਾਮ ਦਿੰਦਾ ਪੈ ਲੋਕਾਂ ਨੂੰ। ਕਿਹੜਾ ਅੰਗਰੇਜ਼ ਕਹਿ ਰਿਹਾ? ਮੈਂ ਮਸ਼ਵਰਾ ਦੇਣਾ ਇਸ ਦੁਨੀਆ ਨੂੰ ਤੇ ਕੋਈ ਅਲੀ ਜਿਹਾ ਪੀਰ ਸੁਲਟ ਕਰੇ, ਜਿਹੜਾ ਗੱਲਾਂ ਬਾਤਾਂ ਰਾਜ ਦੀਆਂ ਅੱਲਾ ਅੱਲਾ ਦੇ ਨਾਲ ਡੁਐਟ ਕਰੇ, ਜਿਹਦੇ ਮੂੰਹ ਵਿੱਚ ਨਿਕਲੀ ਗੱਲ ਕੋਈ ਖਾਲਕ ਨਾ ਕਦੇ ਵੀ ਰਿਜੈਕਟ ਕਰੇ। ਅੰਗਰੇਜ਼ ਕਹਿ ਰਿਹਾ, ਜਿਸਦੇ ਮੂੰਹ ਵਿੱਚੋਂ ਨਿਕਲੀ ਗੱਲ ਕੋਈ ਖਾਲਕ ਨਾ ਕਦੇ ਵੀ ਰਿਜੈਕਟ ਕਰੇ, ਜਿਸ ਜੰਨਤੀ ਦੇ ਵਿੱਚ ਜਾਣਾ ਏ ਉਹ ਮੌਲਾ ਹੈਦਰ ਨਾਲੀ ਕੁਨੈਕਟ ਕਰੇ। ਅੰਗਰੇਜ਼ ਕਹਿ ਰਿਹਾ, ਜਿਸ ਜੰਨਤ ਦੇ ਵਿੱਚ ਜਾਣਾ ਏ ਮੌਲਾ ਹੈਦਰ ਨਾਲੀ ਕੁਨੈਕਟ ਕਰੇ। ਤੇ ਲਿਖਿਆ ਹਰ ਕੋਈ ਬੰਦਾ ਰੋਜ਼ੀ ਰੋਟੀ ਕੁੱਟਦਾ ਪੀਂਦਾ, ਹਰ ਕੋਈ ਬੰਦਾ ਰੋਜ਼ੀ ਰੋਟੀ ਕੁੱਟ ਮੰਗਦਾ, ਰੱਬ ਵੀ ਤੇ ਸੈਦਾਂ ਦਾ ਸਦਕਾ ਏ ਮੰਗਦਾ, ਰੱਬ ਵੀ ਤੇ ਸੈਦਾਂ ਦਾ ਸਦਕਾ ਏ ਮੰਗਦਾ। ਇਹ ਸਾਨੂੰ ਸਾਰਿਆਂ ਨੂੰ ਕੀ ਚਾਹੀਦਾ? ਅਸਾਂ ਸਦਕਾ ਅਲੀ, ਅਸਾਂ ਸਦਕਾ ਅਲੀ ਅਲੀ ਇਹ ਮੌਲਾ ਅਲੀ।
علی علی اے میرا علی علی اے پیر علی علی اے حضرت علی علی اے لالا علی علی اے مولا علی علی اے سونا اے پیارا اے پیارا علی ہاں